माल खरीदना केड़ा सारे ने ले लेना सही गल एक बंदे ने लाड चुकनी है ना भावे पहले फोन ते चुकी जावे भावे पंजवे फोन ते चुकी जावे कहिंदा 45,000 दे पुट्ठे नाल देंगे 45,000 ਦੇ ਪੁੱਠੇ ਨਾਲ ਹਾਂਜੀ 2025 ਤੇ ਵੀ ਤਿਆਰ ਹੋ ਸਕਦੇ ਨੇ ਤੇ ਫੈਡਰਿੰਗ ਵਾਸਤੇ ਵੀ ਤਿਆਰ ਹੋ ਸਕਦੇ ਨੇ ਸਹੀ ਹੈ ਅਗਰ ਕਿਸੇ ਭਰਾ ਕੋਲ ਇਨਵੈਸਟਮੈਂਟ ਥੋੜੀ ਹੈ ਇਹ ਥੋੜੀ ਇਨਵੈਸਟਮੈਂਟ ਵਾਲੇ ਬੰਦੇ ਵਾਸਤੇ ਜ਼ਿਆਦਾ ਕੰਮ ਕਰਨ ਵਾਸਤੇ ਇਹ ਕੰਮ ਠੀਕ ਹੈ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸ਼ੁਰੂ ਅੱਲਾਹ ਕੇ ਨਾਮ ਸੇ ਜੋ ਬੜਾ ਮਿਹਰਬਾਨ ਨਹਾਇਤ ਰਹਿਮ ਕਰਨੇ ਵਾਲਾ ਹੈ ਦੋਸਤੋ ਬਜ਼ੁਰਗੋ ਆਪ ਦੇਖ ਰਹੇ ਹੈ ਆਪਣਾ ਯੂਟਿਊਬ ਚੈਨਲ ਐਂਡ ਫੇਸਬੁੱਕ ਪੇਜ ਬਿਜ਼ਨਸ ਟਾਕਸ ਅਫੀਸ਼ੀਅਲ ਵਿਦ ਏ ਜੀ ਅਜ਼ਹਰ ਖਾਨ ਫੇਸਬੁੱਕ ਪੇਜ ਹੈ माशाल्लाह हर दफ़ा आपको पता हमेशा की तरह इरफान भाई अच्छे से अच्छा माल लेकर आते हैं नज़र आपको आ रहा है हर दफ़ा माल क्वालिटी वाला और खूबसूरत भी होता है ये देख सकते हैं वीडियो को मुकम्मल देखना है वीडियो को स्किप नहीं करने ये चेक करें ये 22 बछड़ों की लाट है तो माशाल्लाह लेकर आया दिल जीत लिया इसने अगर कोई दोस्त हज़रात लेना चाह रहा है जल्दी से इस भाई से रब्ता करें और फ़ोन नंबर इनका वीडियो में आ रहा है तो मुकम्मल मालूमात भी इस वीडियो में आ रही है तो चलते हैं भाई के पास इसकी ज़बानी सब कुछ अस्सलाम वालेकुम वालेकुम सलाम जी इरफान भाई की हाल है शुक्र है अल्लाह दे जी तबीता से ठीक है अल्लाह दा सब तो पहला अपना नाम और एड्रेस दसो मेरा नाम इरफान है जिला उकाड़ा तहसील दोपालपुर डाकखाना राजोवाल कसूर रोड उत्ते है कसूर रोड भी है दोपालपुर रोड भी है अच्छा कौड़े साहब पेट्रोल चौकी मेन स्टाप है हाँ जी मेन स्टाप कौड़े साहब पेट्रोल चौकी है अच्छा। तो 1 किलोमीटर थले लाइए ना तो चौक दौड़ी पेंड है मेरा पहला पेंड ही मेरा है अच्छा अच्छा जी माशाल्लाह जी इरफान भाई से नंबर दस है जी 0301-9855-228 अच्छा ਹੁਣ ਤੁਹਾਡੇ ਕੋਲ ਟੋਟਲ ਕਿੰਨੇ ਬੱਚੇ ਇਸ ਟਾਈਮ ਖੜੇ ਨੇ ਅੱਜ ਆਪਣੇ ਕੋਲ 22 ਬੱਚਿਆਂ ਦੀ ਲਾੜ ਖੜੀ ਆ 22 ਬੱਚਿਆਂ ਲਾੜ ਮਾਸ਼ਾਅੱਲਾ ਤਸੱਲੀ ਦੇ ਨਾਲ ਚੈੱਕ ਕਰਨਾ ਜੀ ਇਹਨਾਂ ਦਾ ਵਜ਼ਨ ਕਿੰਨਾ ਹੈ ਜੀ ਇਹਨਾਂ ਦਾ ਵਜ਼ਨ 200 ਤੋਂ ਲੈ ਕੇ 220 ਕੇਜੀ ਤੱਕ ਅੱਛਾ ਕੋਈ 210 ਹੈ ਕੋਈ 205 ਹੈ ਕੋਈ 220 ਹੈ ਅੱਛਾ ਅੱਛਾ ਵਿੱਚ 50 ਵਾਲੇ ਵੀ ਹੋਣਗੇ ਲੇਕਿਨ ਆਪਾਂ 10 ਹੀ 20 ਦੱਸਣਾ ਅੱਛਾ ਬਿਲਕੁਲ ਸਹੀ ਹੈ ਯਾਨੀ ਕਿ ਵਜ਼ਨ 5 ਮਾਨ ਤੋਂ ਉੱਤੇ ਹੀ ਨੇ ਹਾਂ 5 ਮਾਨ ਤੋਂ ਉੱਤੇ ਹੀ ਨੇ ਅੱਛਾ ਅੱਛਾ ਸਹੀ ਗੱਲ ਹੋ ਗਈ ਵਾਜ਼ਾ ਗੱਲਾਂ ਨੇ ਵਾਜ਼ਾ ਪੈਗਾਮ ਹੈ ਬਾਤ ਸ਼ਿਕਵਾ ਨਹੀਂ ਕਰਨਾ ਅੱਛਾ ਕੋਈ ਛੋਟਾ ਵੀ ਹੈ ਯਾਨੀ ਕਿ 5 ਮਾਨ ਲਾ ਜੇ 5 ਮਾਨ 25 ਕਿਲੋ ਤੱਕ ਹਾਂਜੀ ਅੱਛਾ ਠੀਕ ਹੋ ਗਿਆ ਹੁਣ ਮੈਨੂੰ ਇਹ ਦੱਸਣਾ ਭਾਈ ਜਾਨ ਨੇ ਸਾਰੇ ਬੱਚੇ ਦਾ ਸੋਹਣੇ ਲੈ ਕੇ ਆਏ ਆ ਹਾਂਜੀ ਗੱਲ ਵੀ ਤੂੰ ਦੱਸਦੀ ਵਜ਼ਨ ਵੀ ਸਾਨੂੰ ਦੱਸਿਆ ਮੇਰੀ ਫੈਮਿਲੀ ਨੂੰ ਰੇਟ ਕੀ ਦਿਓਗੇ ਤੁਹਾਡੀ ਫੈਮਿਲੀ ਵਾਸਤੇ ਮੇਰਾ ਭਰਾ 95,000 ਦੇ ਪੁੱਠੇ ਨਾਲ ਪੂਰੇ ਪੰਜਾਬ ਦੀ ਡਿਲੀਵਰੀ ਫ੍ਰੀ ਹੈ 95,000 ਦੇ ਪੁੱਠੇ ਨਾਲ ਪੂਰੇ ਅੱਗੇ ਤਾਂ ਪਿਛਲੀ ਵਾਰੀ ਸੀ ਪਾਕਿਸਤਾਨ ਹਾਂਜੀ ਤੇ ਇਸ ਦਫਾ ਪੰਜਾਬ ਹੈ ਪੰਜਾਬ ਹੈ ਕਿਉਂ ਭਾਈ ਜੀ ਅੱਗੇ ਨਾਲੋਂ ਲਾੜ ਜਿਹੜੀ ਹੈ ਨਾ ਉਹ ਅੱਗੇ ਨਾਲੋਂ ਵੀ ਵਜ਼ਨ ਚ ਨੇ ਵਜ਼ਨ ਚ ਨੇ ਤੇ ਖੂਬਸੂਰਤ ਵੀ ਨੇ ਖੂਬਸੂਰਤ ਵੀ ਨੇ ਚੋਲਸਤਾਨੀ ਵੀ ਨਸਲ ਨੇ ਵਿੱਚ ਉਹ ਚੋਲਸਤਾਨੀ ਬਾਹਰ ਨਿਕਲਿਆ ਖਲਾ ਜਾਨਵਰ ਹਾਂ ਇੱਕ ਇੱਕ ਚੀਜ਼ ਬੰਦੇ ਵੇਖ ਲੈਣ ਇਹ ਵੀ ਨਹੀਂ ਹੈਗਾ ਬੰਦਿਆਂ ਦੇ ਨੇ ਜ਼ੂਮ ਕਰਕੇ ਅਸੀਂ ਵੀਡੀਓ ਬਣਾਈ ਦੀ ਪਿਛਾਂ ਤੁਸੀਂ ਕੰਦ ਨਾਲ ਲੱਗ ਕੇ ਬੰਦਿਆਂ ਨੂੰ ਵਿਖਾ ਦਿਓ ਇਹ ਨਾ ਆਖਣ ਬੰਦੇ ਵੀ ਇਹਦੇ ਜਾਨਵਰ ਛੋਟੇ ਨੇ ਨੇੜੇ ਵਿਖਾ ਕੇ ਵੱਡੇ ਸ਼ੋਅ ਕਰਾਉਂਦੇ ਨੇ ਨਹੀਂ ਨਹੀਂ ਇਹ ਗੱਲ ਗਲਤ ਹੈ ਆਪਾਂ ਉਵੇਂ ਦਾ ਕੰਮ ਨਹੀਂ ਕਰਨਾ ਉਹ ਕੰਮ ਹੈ ਦੋ ਲੰਮਰੀ ਵਾਲਾ ਮੈਂ ਤੇ ਨਾ ਆਪਾਂ ਕਿਸੇ ਨਾਲ ਝੂਠ ਕਰੀਦਾ ਫਿਰ ਬੰਦਿਆਂ ਨੂੰ ਮੈਂ ਇਹ ਵੀ ਆਖਦਾ ਵੀ ਇਹ ਫੇਕ ਵੀਡੀਓ ਨਹੀਂ ਹੁੰਦੀ ਰੀਜਨਲ ਹੁੰਦੀ ਇਹ ਰੀਜਨਲ ਹੁੰਦੀ ਹੈ ਬੰਦੇ ਆਂਦੇ ਨੇ ਫੇਕ ਵੀਡੀਓ ਜਿਹਲੇ ਅਸੀਂ ਫੋਨ ਕਰੀਦਾ ਵੀਡੀਓ ਮਾਲ ਮਾਲ ਹੈ ਵਿਕ ਜਾਂਦਾ ਸਾਨੂੰ ਆਂਦੇ ਨੇ ਮਾਲ ਵਿਕ ਜਾਂਦਾ ਮੇਰਾ ਭਰਾ ਮਾਲ ਹੁਣ 1.5 ਲੱਖ ਬੰਦਾ ਵੇਖਣ ਵਾਲਾ ਹਾਂ ਤੇ ਇੱਕ ਬੰਦੇ ਨੇ ਮਾਲ ਖਰੀਦਣਾ ਕਿਹੜਾ ਸਾਰਿਆਂ ਨੇ ਲੈ ਲੈਣਾ ਹਾਂ ਸਹੀ ਗੱਲ ਹੈ ਇੱਕ ਬੰਦੇ ਨੇ ਲਾੜ ਚੁਕਣੀ ਹੈ ਨਾ ਉਹ ਭਾਵੇਂ ਪਹਿਲੇ ਫੋਨ ਤੇ ਚੁੱਕੀ ਜਾਵੇ ਭਾਵੇਂ 5ਵੇਂ ਫੋਨ ਤੇ ਚੁੱਕੀ ਜਾਵੇ ਹਾਂ ਸਹੀ ਗੱਲ ਹੈ ਪਿਛਲੀ ਲਾੜ ਵੀਡੀਓ ਲੱਗੀ ਹੈ ਤੇ 5ਵੇਂ ਫੋਨ ਤੇ ਲਾੜ ਵੇ ਸੇਲ ਵੇਖ ਗਈ ਸੀ ਹਾਂ ਤੋ ਬੰਦਿਆ ਵਾਕਈ ਮੈਨੂੰ ਕਮੈਂਟਸ ਵੀ ਆਇਆ ਹਾਂਜੀ ਮੈਂ ਕਹਿਣਾ ਚਾਹਣਾ ਭਾਈ ਅਗਰ ਵੇਖੋ ਨਾ ਇਹ ਇੱਕ ਕਾਲ ਤੇ ਜਿਹੜਾ ਬੰਦੇ ਸਿਲੈਕਟ ਆਇਆ ਜਿਹਨੂੰ ਬੰਦੇ ਪਸੰਦ ਆ ਗਏ ਉਹ ਫੌਰਨ ਨੇ ਫੋਨ ਕਰਨਾ ਲੱਗਾ ਵੀ ਇਰਫਾਨ ਭਾਈ ਮੇਰੇ ਬੱਚੇ ਹੋ ਗਏ ਪੈਸੇ ਮੌਕੇ ਕਰਵਾ ਦਿੰਦੇ ਤੁਸੀਂ ਵੀ ਕਰਵਾ ਦਿਓ ਤਾਂ ਤੁਸੀਂ ਮੌਕੇ ਬਾਅਦ ਤੁਸੀਂ ਲੈ ਲਵੋ ਜਾਂ ਬਿਆਨਾ ਜਮਾ ਕਰਵਾ ਦਿਓ ਕਿਉਂ ਜਿਵੇਂ ਫੋਨ ਤੇ 5ਵੇਂ ਫੋਨ ਤੇ ਉਹ ਭਾਈ ਨਾਲ ਮੇਰੇ ਨਾਲ ਬਿਆਨਾ ਉਹਨਾਂ ਆਖਿਆ ਜੇ ਤੂੰ ਆਪਣਾ ਚੈੱਕ ਸੈਂਡ ਕਰ ਮੈਂ ਚੈੱਕ ਸੈਂਡ ਕੀਤਾ ਉਹਨਾਂ ਟੋਕਨ ਕਰਵਾਤਾ ਅਗਲੇ ਦਿਨ ਸ਼ਕਰਗੜ ਦੀ ਪਾਰਟੀ ਸੀ ਅੱਛਾ ਅੱਛਾ ਉਹ ਸ਼ਕਰਗੜ ਵੱਡੇ ਭਾਈ ਦਰਬਾਰ ਹੈ ਉੱਥੇ ਮਾਲ ਗਿਆ ਤੇ ਬਾਅਦ ਤੇ ਬੰਦੇ ਫੋਨ ਆਉਂਦੇ ਨੇ ਮਾਲ ਤੇ ਵੇਖ ਗਿਆ ਮਾਲ ਆਇਆ ਮੇਰੇ ਕੋਲ ਤੀਸਰੇ ਦਿਨ ਅੱਛਾ ਅੱਛਾ ਤੀਸਰੇ ਦਿਨ ਮਾਲ ਮੇਰੇ ਕੋਲ ਨਵਾਂ ਆ ਜਾਂਦਾ ਹੈ ਇੱਕ ਹਫਤੇ ਦੇ ਵਿੱਚ 2 ਲਾਟਾਂ ਆਉਂਦੀਆਂ ਨੇ ਅੱਲਾ ਦਾ ਸ਼ੁਕਰ ਹੈ ਆਪਾਂ ਰੋਜ਼ੀ ਜਿਹੜਾ ਨਾ 10,000 15,000 ਰੱਖ ਕੇ ਕਦੇ ਕੰਮ ਨਹੀਂ ਕੀਤਾ ਹਾਂ ਸਹੀ ਮੈਂ ਲੈਣਾ ਹੁੰਦਾ 1,000 ਰੁਪਇਆ ਜਾਂ 500 ਰੁਪਇਆ ਅੱਛਾ ਅੱਛਾ ਚੋਕਾ ਕੰਮ ਆਪਾਂ ਨਹੀਂ ਕਰੀਦਾ ਵੇਖੋ ਨਾ ਮੈਂ ਜਦੋਂ ਲੈਣੇ 500 ਹੋਏ ਮੇਰੇ 20 ਬੱਚੇ ਨੇ 10,000 ਰੁਪਇਆ ਮੈਨੂੰ ਥੋੜਾ
ਬੜਾ ਜੀ ਅੱਲਾ ਸ਼ੁਕਰ ਮੈਨੂੰ 20 ਬੱਚੇ ਦਾ ਤੇ ਮੇਰਾ ਫਿਰ ਵੀ ਕੰਮ ਉੱਥੇ ਹੀ ਰਹਿਣਾ ਸਹੀ ਗੱਲ ਹੈ ਰੋਜ਼ੀ ਆਂਦੀ ਪਈ ਏ ਤੀਸਰੇ ਦਿਨ 10,000 ਬਾਜੇ ਬੜਾ ਰੱਬ ਦਾ ਸ਼ੁਕਰ ਹੈ ਨਾ ਸਹੀ ਗੱਲ ਹੈ ਅੱਕ ਲਾਲ ਦੀ ਰੋਜ਼ੀ ਕਮਾਉਂਦੇ ਇਹ ਨਹੀਂ ਬੜੀ ਆ ਇਹਦੇ ਨਾਲ ਮਾਲ ਨਿਕਲਦਾ ਰਹਿੰਦਾ ਨਵਾਂ ਮਾਲ ਆਉਂਦਾ ਰਹਿੰਦਾ ਮਾਲ ਆਪਣੇ ਕੋਲ ਓਰੀਜਨਲ ਹੋਏਗਾ ਅੱਛਾ ਕਿਸੇ ਨਾਲ ਧੋਖਾ ਕਰਨਾ ਨਹੀਂ ਕਿਸੇ ਨਾਲ ਧੋਖਾ ਹੋਣ ਨਹੀਂ ਦੇਣਾ ਇਹ ਆਪਣੀ ਆਦਤ ਹੈ ਸਹੀ ਹੋ ਗਿਆ ਜੀ ਮਾਸ਼ਾਅੱਲਾ ਗੱਲਾਂ ਸਾਫ ਨੇ ਇਰਫਾਨ ਬਾਈ ਦੀਆਂ ਕਿਉਂਕਿ ਬਾਅਦ ਦਾ ਸ਼ਿਕਵੇ ਨਾਲੋਂ ਪਹਿਲੇ ਗੱਲ ਕੀਤੀ ਚੰਗੀ ਹੁੰਦੀ ਹੈ ਤੁਸੀਂ ਬਾਰ ਬਾਰ ਇਹ ਗੱਲ ਕਰਨੇ ਕਮੈਂਟਸ ਕਰਨਾ ਕਿ ਲਓ ਇਹ ਫੇਕ ਕਰਦੇ ਨੇ ਝੂਠ ਬੋਲਦੇ ਨੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਆਪ ਖੁਦ ਸਮਝਦਾਰ ਜੇ ਝੂਠ ਉਹ ਵੀ ਇਹਦੀ ਅਦਰ ਦੇ ਚੈਨਲ ਦੇ ਅਤੇ ਫੇਕ ਗੱਲ ਕਰਨੀ ਉਹ ਵੀ ਇਹਦੀ ਅਦਰ ਖਾਨ ਦੇ ਚੈਨਲ ਦੇ ਝੂਠੇ ਦੇ ਵੈਸੇ ਹੀ ਅੱਲਾ ਦੀ ਲਾਹਨਤ ਹੁੰਦੀ ਹੈ ਭਾਈ ਜਾਨ ਲਾਹਨਤ ਨਾਲ ਰੰਗ ਉਂਝ ਕਾਲਾ ਸ਼ਾਹ ਹੋ ਜਾਂਦਾ ਹੈ ਕਸਮਾਂ ਕੁਰਾਨ ਚੁੱਕਣ ਨਾਲ ਵੈਸੇ ਲਾਹਨਤੀ ਹੋ ਜਾਂਦਾ ਬੰਦਾ ਅਤੇ ਉਹਨੂੰ ਕੀ ਸ਼ਾਇਦ ਲੱਭੇ ਜੀ ਅਤੇ ਨਾ ਹੀ ਚੱਲ ਹੈ ਜੀ ਸੋਚ ਇਰਫਾਨ ਬਾਈ ਦੀ ਹੈ ਨਾ ਹੀ ਹੈ ਜੀ ਇਹਦੀ ਅਦਰ ਖਾਨ ਦੇ ਚੈਨਲ ਦੀ ਹੈ ਅਲਹਮਦੁਲਿਲਾ ਹਮੇਸ਼ਾ ਦੀ ਤਰ੍ਹਾਂ ਅੱਲਾ ਹਰ ਕਿਸੇ ਨੂੰ ਦਾਇਤ ਨਸੀਬ ਫਰਮਾਇਆ ਨਾਲ ਵਿੱਚੇ ਮੈਨੂੰ ਵੀ ਇਹ ਗੱਲ ਮੈਂ ਅੱਜ ਸੁਣਾ ਲਾ ਪੁੱਤਰ ਰਿਹਾ ਹਰ ਬੰਦੇ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੇਰੇ ਚੈਨਲ ਦੇ ਜ਼ਰੀਏ ਕਿਸੇ ਨਾਲ ਜ਼ਿਆਦੀ ਨਾ ਹੋਵੇ ਮੇਰੇ ਚੈਨਲ ਜ਼ਰੀਏ ਕਿਸੇ ਨੂੰ ਤਕਲੀਫ ਨਾ ਹੋਵੇ ਮੈਂ ਨਹੀਂ ਚਾਹੁੰਦਾ ਕੱਲ੍ਹ ਕਿਆਮਤ ਵਾਲੇ ਦਿਨ ਮੇਰਾ ਗਿਰਬਾਨ ਹੋਵੇ ਤੁਹਾਡਾ ਹੱਥ ਹੋਵੇ ਨਾ ਜੀ ਨਾ ਇਨਸ਼ਾਅੱਲਾ ਨਾ ਹੋਣ ਦਿਆਂਗਾ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਔਰ ਨਾ ਹੀ ਸੋਚਿਆ ਜੇ ਮਾਸ਼ਾਅੱਲਾ ਆਓ ਅੱਖਾਂ ਨੂਰ ਦੇ ਮੇਰਾ ਇਰਫਾਨ ਬਾਈ ਗੁਆਂਢੀ ਵੀ ਨੇ ਹਮਸਾਏ ਵੀ ਨੇ ਦੋਸਤ ਵੀ ਨੇ ਭਾਈਆਂ ਤੌਰ 'ਤੇ ਵੀ ਨੇ ਅਸੀਂ ਇੱਥੇ ਨਾਲ ਹੀ ਅੱਗੇ ਇੱਕ ਜਾਂ ਪਿੰਡ ਰਹਿੰਦੇ ਹਾਂ ਕੋਈ ਇਸ਼ੂ ਨਹੀਂ ਅੱਖਾਂ ਨੂਰ ਦੇ ਆਓ ਅੱਛਾ ਇਰਫਾਨ ਜੀ ਸਾਹਿਬ ਆਪਾਂ ਇਹ ਵੀ ਭਰਾਵਾਂ ਨੂੰ ਕਹਿਣ ਜਿਹਨੇ ਨਹੀਂ ਲੈਣਾ ਮੇਰੇ ਕੋਲ ਆ ਖਿਦਮਤ ਦਾ ਮੌਕਾ ਦੇਣ ਮੇਰਾ ਡੇਰਾ ਵੇਖਣ ਹਾਂਜੀ ਉਸ ਤੋਂ ਬਾਅਦ ਮਾਲ ਦਾ ਸੌਦਾ ਕਰਨ ਹਾਂਜੀ ਅਗਰ ਕੋਈ ਨਹੀਂ ਆ ਸਕਦਾ ਉਹ ਟੋਕਨ ਕਰਾਵੇ ਆ ਕੇ ਮਾਲ ਪਸੰਦ ਕਰੇ ਮਾਲ ਉਹਨਾਂ ਨੂੰ ਨਹੀਂ ਪਸੰਦ ਆਇਆ ਟੋਕਨ ਉਹਨਾਂ ਦਾ ਕਾਬਲੇ ਵਾਪਸ ਹੈ ਉਹਨਾਂ ਦਾ ਬਿਆਨਾ ਉਹਨਾਂ ਦੀ ਅਮਾਨਤ ਹੈ ਬਿਲਕੁਲ ਸਹੀ ਗੱਲ ਹੋ ਗਈ ਮਾਸ਼ਾਅੱਲਾ ਜੀ ਚੈੱਕ ਕਰੋ ਜੀ ਮਾਲ ਕੁਆਲਿਟੀ ਵਾਲਾ ਤਸੱਲੀ ਦੇ ਨਾਲ ਮੈਂ ਫੋਨ ਕਰਨਾ ਚਾਚਾ ਤੇ ਮਾਸ਼ਾਅੱਲਾ ਚੈੱਕ ਕਰ ਲਓ ਜੀ ਕੀ ਬਾਤ ਹੈ ਜੀ ਜਿਹੜਾ ਜਾਨਵਰ ਰੱਖੋ ਤੇ ਆਪਾਂ ਛੱਡ ਕੇ ਵੀ ਬ੍ਰਾਹਮਣ ਨੂੰ ਖਾ ਦਿਆਂਦੇ ਇਹ ਨਹੀਂ ਹੈਗਾ ਵੀ ਆਪਾਂ ਆਉਂਦੇ ਨੇ ਵੀ ਇੱਕ ਚੀਜ਼ ਇਹ ਲਿਆਂਦੇ ਨੇ ਜਾਨਵਰ ਛੋਟੇ ਵਿਖਾਉਂਦੇ ਨੇ ਵੱਡੇ ਇੰਜ ਦਾ ਕੰਮ ਆਪਾਂ ਨਹੀਂ ਕਰਨਾ ਨਾ ਜੀ ਨਾ ਯਾਰ ਇੱਕ ਨੈਗੇਟਿਵ ਸੋਚ ਨਹੀਂ ਰੱਖਣੀ ਹਾਂਜੀ ਅੱਛਾ ਹੁਣ ਆ ਬੱਚਾ ਚਲੋ ਸਰੀ ਕਢੇਣਾ ਮੈਂ ਬੱਚਾ ਵਿਖਾਉਣ ਅਗਰ ਇੱਕਾ ਦੁੱਕਾ ਕੋਈ ਬੱਚਾ ਚੰਦ ਬੱਚੇ ਵਿਖਾਉਣੇ ਚਾਹਣੇ ਉਸ ਤੋਂ ਬਾਅਦ ਇੱਕ ਹੋਰ ਲਾਡ ਵੀ ਹੈਗੀ ਹੈ ਉਹ ਵੀ ਤੁਹਾਨੂੰ ਵਿਖਾਵਾਂਗੇ ਮਾਸ਼ਾਅੱਲਾ ਦਿਲ ਜਿੱਤੋਗੇ ਦਿਲ ਖੁਸ਼ ਹੋਏਗਾ ਛੋਟੇ ਬੱਚਿਆਂ ਦੇ ਲਾਡ ਕਾਫੀ ਦੋ ਚੈੱਕ ਕਰ ਲਓ ਆ ਚਲੋ ਸਾਰੇ ਬੱਚਾ ਅੱਜ ਆ ਜਾਨਵਰ ਅਗਰ ਮੈਂ ਕਿਸੇ ਨੂੰ ਇਕੱਲਾ ਦੇਣਾ ਨਾ ਇਹ ਮੇਰਾ ਭਰਾ 1,10,000 ਦਾ ਬਿਲਕੁਲ ਸਹੀ ਗੱਲ 1,10,000 ਦਾ ਤੇ ਜਾਨਵਰ ਦਾ ਸੁਨੱਪ ਇਹ ਵੀ ਨਾਲੇ ਭਰਾਵਾਂ ਨਾਲ ਸੋਹਣੀ ਚੀਜ਼ ਦਾ 10,000 ਦਾ ਵਾਲ ਜੇ ਗੱਲ ਸੱਚੀ ਇੱਕ ਬੰਦੇ ਆਉਂਦੇ ਨੇ ਤੂੰ ਯਾਰ ਵਜ਼ਨ ਦੱਸ ਨਾ 200 kg ਰੇਟ ਮੰਗਣਾ 90,000 ਰੁਪਇਆ ਇਹ ਵਜ਼ਨ ਨਾਲ ਵੀ ਲਈਏ ਤੇ ਉਹ ਮੰਗਦਾ 90,000 95,000 ਰੇਟ ਮੰਗਣਾ ਮੇਰਾ ਵੀਰ ਸੋਹਣੀ ਸ਼ਹਿਰ ਦਾ 5,000 ਤੋਂ 10,000 ਰੇਟ ਜ਼ਿਆਦਾ ਹੁੰਦਾ ਉਹ ਵਜ਼ਨ ਨਾਲ ਚੀਜ਼ਾਂ ਨਹੀਂ ਲਈਆਂ ਜਾਂਦੀਆਂ ਕੁਰਬਾਨੀ ਦਾ ਮਾਲ ਲੈਣਾ ਲੈਣਾ ਤੋਲ ਕੇ ਐਵੇਂ ਕੰਮ ਨਹੀਂ ਹੁੰਦਾ ਤੋਲ ਕੇ ਲੈਣਾ ਫੈਟਰਿੰਗ ਵਾਲਾ ਮੇਰੇ ਕੋਲ ਜਿੰਨਾ ਮਰਜ਼ੀ ਲਈ ਰੱਖੋ ਇਹ ਆਪਾਂ ਦਿਆਂਦੇ ਤੋਲ ਕੇ 440 ਰੁਪਈਏ ਫੈਟਰਿੰਗ ਵਾਲਾ ਦਿਆਂਦੇ 420 ਰੁਪਈਏ ਆ ਤੋਂ ਬਾਅਦ ਪਿਛਲੀ ਦਾ ਵੀਡੀਓ ਤੁਸੀਂ ਵਜ਼ਨ ਦਾ ਸਾਫ ਦੱਸਿਆ ਤਾਂ ਉਹਨਾਂ ਹਾਂਜੀ 390 ਰੁਪਈਏ ਮੰਡੀ 'ਚ ਰੇਟ ਸੀ 390 ਰੁਪਈਏ ਮੈਨੂੰ ਦੇਣ ਜਿੰਨਾ ਮਾਲ ਆਖਣ ਮੈਂ ਚਾਵਲ ਨੂੰ ਤਿਆਰ ਹਾਂ ਇਸ ਤਰ੍ਹਾਂ ਦਾ ਮਾਲ 390 ਰੁਪਈਏ ਮੈਂ 3,400 ਨੂੰ ਖਰੀਦਣ ਨੂੰ ਤਿਆਰ ਹਾਂ ਕਿਆ ਬਾਤ ਆਪਾਂ ਕਦੇ ਆਵਾਜ਼ ਨਹੀਂ ਛੱਡੀਆਂ ਇਸ ਗੱਲ ਦਾ ਸਾਨੂੰ ਨਹੀਂ ਪਤਾ ਤੇ ਕਿਹਨਾਂ ਨੂੰ ਪਤਾ ਹੈ ਹਾਂ ਸਹੀ ਗੱਲ ਮਾਸ਼ਾਅੱਲਾ ਇੱਕ ਬੰਦਾ ਕਾਰੋਬਾਰ ਕਰ ਰਿਹਾ ਹਾਂ ਤੁਸੀਂ ਨਹੀਂ ਕਾਰੋਬਾਰ ਜੇ ਤੁਹਾਨੂੰ ਨਹੀਂ ਪਤਾ ਸਹੀ ਗੱਲ ਤੁਹਾਨੂੰ ਪਤਾ ਜਾਨਵਰ ਮੰਡੀ ਤੋਂ ਕਿਵੇਂ ਮਿਲਦਾ ਤੇ ਜੂਝ ਕਿਵੇਂ ਮਿਲਦਾ ਨਾਲੇ ਮੰਡੀ ਦੇ ਜਿੰਨੇ ਹੋਣ ਅਖਰਾ ਜਾ ਟੈਕਸ ਪੈ ਗਏ ਨੇ ਚਕਲੇ ਬੰਦੇ ਉਹਦੇ ਮੱਤ ਮਾਰੀ ਜਾਂਦੀ ਹੈ ਮੇਰਾ ਭਰਾ ਉਹ ਤੋਂ ਤੁਸੀਂ 75 ਦਾ ਵੀ ਲੈ ਲੈਣਾ ਤਾਂ ਮੰਡੀ ਜੋ ਬਾਹਰ ਨਿਕਲਦੇ ਆ ਉਹ 82 ਦਾ ਹੋ ਜਾਂਦਾ ਸਹੀ ਗੱਲ ਹੈ ਇੱਕ ਜਿਹੜਾ ਕਿਰਾਇਆ ਘਰ ਲਿਆਉਣ ਦਾ ਅਸੀਂ ਉੱਥੋਂ ਲਿਆ ਕੇ ਕਿਰਾਇਆ ਭਰ ਕੇ ਵੀ ਲਿਆਈਦਾ ਅੱਗੇ ਵੀ ਕਿਰਾਇਆ ਦੇਈਦਾ ਹਾਂ ਸਹੀ ਗੱਲ ਹੈ ਜਦੋਂ ਸਾਨੂੰ ਡਿਲੀਵਰੀ ਪੈਂਦੀ ਫਿਰ ਅਸੀਂ 1000 ਰੁਪਇਆ ਕਮਾਉਣਿਆ ਤੇ ਇੰਨੀ ਮਿਹਨਤ ਦਾ ਸਾਡੇ ਤੇ ਅਕਲਾਲ ਹੈ ਸਹੀ ਗੱਲ ਹੈ ਮਾਸ਼ਾਅੱਲਾ ਜੇ ਬੱਚਾ ਚੈੱਕ ਕਰੋ ਨਾਲ ਚਾਦਰ ਚੋਲਸਤਾਨੀ ਤੇ ਚੈੱਕ ਕਰੋ ਪੱਖੇ ਆਹਾ ਕੀ ਬਾਤ ਹੈ ਇਹ ਨਹੀਂ ਹੈਗਾ ਕਿਸੇ ਵੀ ਜਾਨਵਰ ਦੇ ਪੱਖੇ ਨਾਫ ਚੱਲ ਤੁਸੀਂ ਚੈੱਕ ਕਰਾ ਸਕਦੇ ਹੋ ਵਾਹ ਜੀ ਵਾਹ ਜੀ ਵਾਹ ਕੀ ਬਾਤ ਇਰਫਾਨ ਭਾਈ ਮਾਸ਼ਾਅੱਲਾ ਖੂਬਸੂਰਤੀ ਲੋ ਚੈੱਕ ਕਰੋ ਮਾਲ ਕੁਆਲਟੀਆਂ ਵੀ ਨਜ਼ਰ ਤੁਹਾਨੂੰ ਆ ਰਹੀਆਂ ਨੇ ਮਾਸ਼ਾਅੱਲਾ ਚੀਜ਼ ਸੋਹਣੀ ਲੈ ਕੇ ਆਇਆ ਇਰਫਾਨ ਇਹ ਵੀ ਨਹੀਂ ਆਖਣ ਵੀ ਇੱਕ ਜਾਨਵਰ ਖਾ ਜਿਹੜਾ ਮਰਜ਼ੀ ਆਖੋ ਛੱਡ ਦਿਆਂਗੇ ਆਪਾਂ ਬਿਲਕੁਲ ਸਹੀ ਮਾਸ਼ਾਅੱਲਾ ਆ ਕੱਲਾ ਦਾ ਫਰਕ ਹੋਵੇ ਤਾਂ ਇਹ ਨਹੀਂ ਹੋਵੇ ਤਾਂ 19 ਤੋਂ 15 ਦਾ ਫਰਕ ਨਹੀਂ ਹੋਏਗਾ ਸਹੀ ਆ ਹੁਣ ਕੱਲਾ 1,10,000 ਦਾ ਹਾਂਜੀ ਇਸ ਤਰੀਕੇ ਦਾ ਮਾਲ ਹੁਣ ਵੇਖੋ ਨਾ ਇੱਕ ਹੋਰ ਚੀਜ਼ ਬੰਨੋ ਹਾਂ ਇੱਕ ਹੋਰ ਬੱਚਾ ਵੇਖਣਾ ਜੀ ਤੁਹਾਨੂੰ ਖਾਣਿਆ ਲਾਲ ਗੋਰਾ ਤੁਹਾਨੂੰ ਖਾਣਿਆ ਜੀ ਮਾਸ਼ਾਅੱਲਾ ਲਓ ਜੀ ਇਹਨਾਂ ਬੱਚਿਆਂ ਚੋਂ ਲੱਦ 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 ਆਹ ਨੂੰ ਕੱਢੋ ਜਾਂ ਬੰਨ ਵਾਲੇ ਨੂੰ ਬੰਨ ਇਰਫਾਨ ਬਾਈ ਕੱਢੋ ਹਾਂ ਵੇਖੋ ਮਾਸ਼ਾਅੱਲਾ ਜੀ ਸਾਹੀਵਾਲ ਦਾ ਸਾਹੀਵਾਲ ਦਾ ਬੱਚਾ ਚੈੱਕ ਕਰੋ ਚੀਜ਼ ਖੂਬਸੂਰਤੀ ਵਾਲੀ ਹੁੰਦੀ ਹੈ ਜੀ ਸੋਹਣੀ ਚੀਜ਼ ਹੁੰਦੀ ਹੈ ਆਹ ਵੇਖੋ ਨਾ ਚੈੱਕ ਕਰੋ ਮਾਸ਼ਾਅੱਲਾ ਖੂਬਸੂਰਤੀ ਚੈੱਕ ਕਰੋ ਬੰਨ ਚੈੱਕ ਕਰੋ ਬੰਨ ਵੀ ਉਹਨ ਜਿੱਡਾ ਕੋਂਦਾ ਜਿੰਨਾ ਕੋਂਦੀ ਉਮਰ ਹੈ ਜਾਂ ਜਿੰਨਾ ਕੋਂਦਾ
ਨਾ ਪੈਂਦਾ ਵਜ਼ਨ ਹੈ ਉਹ ਹਿਸਾਬ ਨਾਲ ਬੰਨ ਹੈ ਸਹੀ ਗੱਲ ਹੈ ਆ ਚੈੱਕ ਕਰੋ ਜੀ ਹਾਂ ਚੈੱਕ ਕਰੋ ਨਾਲ ਇਹ ਕੱਲਾ ਕਿੰਨੇ ਦੇਓਗੇ ਇਹ ਕੱਲਾ ਦੇਵਾਂਗੇ ਆਪਾਂ ਪੂਰੇ ਲੱਖ ਦਾ ਲੋ ਜੀ ਪੂਰੇ ਲੱਖ ਦਾ ਲੋ ਜੀ ਮੂੰਹ ਖਿਰੇ ਬੱਚੇ ਨੇ ਇਹਨੂੰ ਬੰਨੋ ਜੀ ਇੱਧਰ ਆਓ ਹੁਣ ਦੂਸਰੀ ਸਾਈਡ ਦੇ ਬੱਚੇ ਖੜੇ ਨੇ ਉਹ ਵੀ ਖਾਣਾ ਚਾਹਣਾ ਜੀ ਮਾਸ਼ਾਅੱਲਾ ਜੀ ਕੀ ਬਾਤ ਹੈ ਜੀ ਆ ਬੱਚੇ ਖੜੇ ਜੀ ਇੱਧਰ ਦੋ ਬੱਚੇ ਖੜੇ ਨੇ ਐ ਛੋਟਾ ਸਾਈਜ਼ ਆ ਗਿਆ ਜੀ ਕਮਾਲ ਹੈ ਜੀ ਮਾਸ਼ਾਅੱਲਾ ਜੀ ਹਾਂਜੀ ਇਰਫਾਨ ਭਾਈ ਆ ਸਾਈਜ਼ ਕਿਹੜਾ ਇਹ ਕਿਹੜੇ ਬੱਚੇ ਖੜੇ ਛੋਟਾ ਸਾਈਜ਼ ਭਾਈ ਜੀ 11 ਬੱਚੇ ਨੇ 11 ਬੱਚੇ ਨੇ 150 ਕਿਲੋਮੀਟਰ ਤਾਂ ਡਿਲੀਵਰੀ ਹੈ ਅੱਛਾ ਅਗਰ ਕੋਈ ਭਰਾ ਲੈਂਦਾ ਤਾਂ 45,000 ਦੇ ਪੁੱਠੇ ਨਾਲ ਦੇਵਾਂਗੇ 45,000 ਦੇ ਪੁੱਠੇ ਨਾਲ ਹਾਂਜੀ 2025 ਤੇ ਵੀ ਤਿਆਰ ਹੋ ਸਕਦੇ ਨੇ ਤੇ ਫੈਡਰਿੰਗ ਆਸ ਤੇ ਵੀ ਤਿਆਰ ਹੋ ਸਕਦੇ ਨੇ ਸਹੀ ਹੈ ਅਗਰ ਕਿਸੇ ਭਰਾ ਕੋਲ ਇਨਵੈਸਟਮੈਂਟ ਥੋੜੀ ਹੈ ਇਹ ਥੋੜੀ ਇਨਵੈਸਟਮੈਂਟ ਵਾਲੇ ਬੰਦੇ ਵਾਸਤੇ ਜ਼ਿਆਦਾ ਕੰਮ ਕਰਨ ਵਾਸਤੇ ਇਹ ਕੰਮ ਠੀਕ ਹੈ ਵੇਖੋ ਨਾ ਇਹ ਤਕਰੀਬਨ 5-6 ਲੱਖ ਦਾ ਮਾਲ ਆਣਾ ਹੈ 4-5 ਲੱਖ ਦਾ ਤੇ ਇਹਨੂੰ ਅਗਰ ਕੋਈ 4 ਮਹੀਨੇ ਮਿਹਨਤ ਕਰਦਾ ਖੁਦ ਹੀ ਮਿਹਨਤ ਕਰਦਾ ਹੈ ਤੇ ਉਹਦੀ ਅੱਲਾ ਕੀਤਾ ਨੌਕਰੀ ਤੋਂ ਜਾਨ ਛੁੱਟ ਜਾਂਦੀ ਆਪਣਾ ਕਾਰੋਬਾਰ ਸੈੱਟ ਕਰ ਲੈਂਦਾ ਸੱਚੀ ਗੱਲ 4-5 ਲੱਖ ਦੇ ਵਿੱਚ ਉਹ ਤਾਂ ਚਲੋ 15-20 ਲੱਖ ਦਾ ਕੰਮ ਹੈ ਇਹ 4-5 ਲੱਖ ਦੇ ਵਿੱਚ ਅਗਰ ਉਹ ਸ਼ੁਰੂ ਕਰਦਾ ਹੈ ਨਾ ਤੇ ਉਹਦੀ ਨੌਕਰੀ ਤੋਂ ਜਾਨ ਛੁੱਟ ਜਾਂਦੀ ਆਪਣੇ ਕਾਰੋਬਾਰ ਦੇ ਵਿੱਚ ਸੈੱਟ ਹੋ ਜਾਂਦਾ ਫਿਰ ਉਹਨੂੰ ਐਡਾ ਮਾਲ ਲੈ ਕੇ ਤਜਰਬਾ ਆ ਜਾਂਦਾ ਇੱਕ ਚੀਜ਼ ਹਾਂ ਇਹ ਵੀ ਗੱਲ ਸੱਚੀ ਗੱਲ ਹੈ ਇਹ ਸਾਹਿਵਾਲ ਤੇ ਚੋਲਸਤਾਨੀ ਨਸਲ ਵਿੱਚ ਨੇ ਜਿਹੜੇ ਚਿੱਟੇ ਨੇ ਚੋਲਸਤਾਨ ਚ ਨੇ ਬਾਕੀ ਸਾਹਿਵਾਲ ਨਸਲ ਵਿੱਚ ਨੇ ਸੋਹਣੇ ਜਾਨਵਰ ਗ੍ਰੋਥ ਕਰਨ ਵਾਲੇ ਆਪਾਂ ਮਾਲ ਲੈ ਕੇ ਆਈਦਾ ਅੱਛਾ ਅੱਛਾ ਇਹ ਜਿਹੜਾ ਆ 11 ਬੱਚੇ ਨੇ ਹਾਂਜੀ ਇੱਥੋਂ ਲੈ ਤੇ ਇੰਨਾ ਬੰਦ ਇਹ 45,000 ਦੇ ਪੁੱਠੇ ਨਾਲ ਇਹ 45,000 ਦੇ ਪੁੱਠੇ ਨਾਲ 150 ਕਿਲੋਮੀਟਰ ਡਿਲੀਵਰੀ ਹੈ ਜੀ ਠੀਕ ਹੋ ਸਰ ਬਹੁਤ ਮਿਹਰਬਾਨੀ ਤੁਸੀਂ ਕੀਮਤੀ ਟਾਈਮ ਦਿੱਤਾ ਜੀ ਮਾਸ਼ਾਅੱਲਾ ਕੁਆਲਟੀਆਂ ਨਜ਼ਰ ਆ ਗਈਆਂ ਬੱਚਿਆਂ ਦੀਆਂ ਵੀ ਮਾਸ਼ਾਅੱਲਾ ਬੱਚੇ ਵੀ ਸੋਹਣੇ ਇਹਨਾਂ ਦਾ ਵਜ਼ਨ ਕਿੰਨਾ ਹੈ ਇਹਨਾਂ ਦਾ ਵਜ਼ਨ 120 ਕਿਲੋ 110 ਕਿਲੋ ਲਓ ਜੀ ਇਹ ਚੀਜ਼ ਲਓ ਜੀ ਅਗਰ ਕੋਈ ਮਾਲ ਇਹ ਛੋਟਾ ਲੈਣਾ ਚਾਹੁੰਦਾ ਹੈ ਕੀਮਤ 45,000 ਪੂਰਾ ਪੰਜਾਬ ਡਿਲੀਵਰੀ ਨਹੀਂ ਇਹਦੀ 150 ਕਿਲੋਮੀਟਰ ਡਿਲੀਵਰੀ ਉਹ ਵੱਡੇ ਬੱਚਾ ਦੇ ਪੂਰਾ ਪੰਜਾਬ ਉਹਨਾਂ ਦੀ ਕੀਮਤ 95,000 ਰੁਪਏ 95,000 ਜੀ ਠੀਕ ਹੈ ਸਰ ਬਹੁਤ ਮਿਹਰਬਾਨੀ ਅਗਰ ਆਪਕੋ ਹਮਾਰੀ ਵੀਡੀਓ ਅੱਛੀ ਲਗੇ ਤੋ ਲਾਈਕ ਕਰ ਦੇ ਸ਼ੇਅਰ ਕਰ ਦੇ ਦੁਆ ਮੈਂ ਯਾਦ ਰੱਖੇ ਨੈਕਸਟ ਵੀਡੀਓ ਤੱਕ ਇੰਤਜ਼ਾਰ ਕਰੇ ਆਪਣੇ ਭਾਈ ਅਜੀਦ ਖਾਨ ਨੂੰ ਔਰ ਫਾਨ ਭਾਈ ਨੂੰ ਦਿਓ ਇਜਾਜ਼ਤ ਅਸਲਾਮ ਅਲੈਕੁਮ ਵਰਹਮਤੁਲਲਾਹਿ ਬਰਕਾਤ